ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੁੱਧ ਪਾ ਕੇ ਸੇਵੀਆਂ ਬਣਾਵਾਂਗੇ ਇਹ ਸੇਵੀਆਂ ਵਟਾ ਕੇ ਲਿਆਉਂਦੀਆਂ ਵੱਟੀਆਂ ਵੀ ਵਟਾਈਆਂ ਹੋਈਆਂ ਇਹ ਵੀ ਘਰੇ ਨਹੀਂ ਵੱਟੀਆਂ ਵਟਾਈਆਂ ਹੋਈਆਂ ਅਤੇ ਆਪਾਂ ਚੁੱਲ੍ਹਾ ਵੀ ਇੱਧਰ ਲਿਆਂਦਾ ਉੱਧਰ ਧੁੱਪ ਸੀ ਛਾਵੇਂ ਇੱਧਰ ਛਾਂ ਆਏਗੀ ਅਤੇ ਆਪਾਂ ਇਹਨਾਂ ਨੂੰ ਭੁੰਨ ਕੇ ਬਣਾਵਾਂਗੇ ਪਤੀਲਾ ਧਰਾਂਗੇ ਪਹਿਲਾਂ ਆਪਾਂ ਚੁੱਲ੍ਹੇ 'ਤੇ ਵਿੱਚ ਆਪਾਂ ਸੇਵੀਆਂ ਪਾ ਦਿਆਂਗੇ ਆ ਵਿੱਚ ਉਸ ਕੱਪੜੇ ਦਾ ਧਾਗਾ ਆ ਗਿਆ ਕੱਪੜੇ 'ਚ ਪਾਈਆਂ ਸੀ ਉਹਦਾ ਧਾਗਾ ਵਿੱਚ ਆ ਗਿਆ ਆਪਾਂ ਇਹ ਭੁੰਨ ਲਾਂਗੇ ਪਤੀਲੇ 'ਚ ਇਹਨੂੰ ਪਹਿਲਾਂ ਫਿਰ ਆਪਾਂ ਦੁੱਧ ਪਾ ਦਿਆਂਗੇ ਕੜਾਹੀ 'ਚ ਬਣਾ ਕੇ ਤਾਂ ਕੜਾਹੀ 'ਚ ਬਾਹਰ ਨਿਕਲ ਲੱਗ ਜਾਂਦੀਆਂ ਭੁੰਨੀਆਂ ਜੇ ਭੁੰਨੀਏ ਤਾਂ ਉਹ ਤਾਂ ਬਣ ਸਕਦੀਆਂ ਭੁੱਜ ਦੀਆਂ ਕੜਾਹੀ 'ਚ ਭੁੰਨਣੀਆਂ ਔਖੀਆਂ ਲਓ ਆਪਣੀਆਂ ਸੇਵੀਆਂ ਭੁੱਜ ਗਈਆਂ ਆਹ ਦੇਖੋ ਰੰਗ ਬਰਾਂਦ ਹੋ ਗਿਆ ਆਪਾਂ ਹੁਣ ਦੁੱਧ ਪਾਵਾਂਗੇ ਕਿਲੋ ਦੁੱਧ ਹੈਗਾ ਗਰਮ ਕੀਤਾ ਹੋਇਆ ਦੁੱਧ ਸੀਗਾ ਫਿਰ ਗਰਮੀ 'ਚੋਂ ਤਾਂ ਰਹਿੰਦਾ ਨਹੀਂ ਵੀ ਖਰਾਬ ਨਾ ਹੋ ਜਾਵੇ ਗਰਮ ਕਰਕੇ ਰੱਖਿਆ ਹੋਇਆ ਸੀ ਦੁੱਧ ਅਤੇ ਆ ਸੇਵੀਆਂ ਆਪਣੀਆਂ ਜਿਹੜੀਆਂ ਭੁੱਜੀਆਂ ਵਿੱਚੋਂ ਆਹ ਦਿਸਦੀਆਂ ਲਾਲ ਕਾਲੀਆਂ ਜਿਹੀਆਂ ਅਤੇ ਹੁਣ ਆਪਾਂ ਆਹ ਖੰਡ ਵੀ ਪਾ ਦਿਆਂਗੇ ਅੱਧੀ ਕੌਲੀ ਖੰਡ ਦੀ ਹੈ ਥੋੜ੍ਹਾ ਚਿਰ ਆਪਾਂ ਢੱਕ ਦਿਆਂਗੇ ਜਿੰਨਾ ਚਿਰ ਵਾਲਾ ਨਹੀਂ ਆਉਂਦਾ ਲਓ ਹੁਣ ਆਪਣੀਆਂ ਸੇਵੀਆਂ ਰੇਜੇ ਪੈਣ ਲੱਗ ਗਈਆਂ ਅਤੇ ਆਪਾਂ ਕੜਛੀ ਮਾਰਾਂਗੇ ਵਿੱਚ ਭੁੱਜੀਆਂ ਹੋਈਆਂ ਸੇਵੀਆਂ ਦੁੱਧ ਵਾਲੀਆਂ ਬਹੁਤ ਸਵਾਦ ਲੱਗਦੀਆਂ ਅੱਗੇ ਲੋਕ ਪਹਿਲਾਂ ਭੁੰਨ ਕੇ ਰੱਖ ਲੈਂਦੇ ਸੀਗੇ ਬੁੜੀਆਂ ਪਹਿਲਾਂ ਭੁੰਨ ਕੇ ਰੱਖ ਲੈਂਦੀਆਂ ਹੁੰਦੀਆਂ ਸੀ ਅਤੇ ਉਹ ਨਾਲੇ ਖਰਾਬ ਨਹੀਂ ਹੁੰਦੀਆਂ ਕੋਈ ਸੂਸਰੀ ਦਾ ਦਾਣਾ ਨਹੀਂ ਪੈਂਦਾ ਹੁੰਦਾ ਸੀ ਵਿੱਚ ਅਤੇ ਹੁਣ ਨਾਲ ਦੇ ਨਾਲ ਭੁੰਨਦੇ ਲੋਕ ਅਤੇ ਕਈ ਕੱਚੀਆਂ ਹੀ ਧਰਦੇ ਹੈ ਕੱਚੀਆਂ ਵੀ ਧਰ ਲਈਦੀਆਂ ਹੈ ਥੋੜ੍ਹਾ ਜਿਹਾ ਆਪਾਂ ਇਲਾਇਚੀ ਪਾਊਡਰ ਪਾਵਾਂਗੇ ਬਸ ਹੁਣ ਇਹ ਨੰਗੀਆਂ ਰਿੱਝ ਜਾਣਗੀਆਂ ਢਕੂੰਗੀ ਨਾ ਅਤੇ ਢਕੂੰਗੀ ਤਾਂ ਫਿਰ ਉੱਬਲਣਗੀਆਂ ਬਾਹਰ ਨੂੰ ਆਉਣਗੀਆਂ ਦੁੱਧ ਉੱਬਲੂਗਾ ਆਪਣੀਆਂ ਬਣ ਗਈਆਂ ਹੁਣ ਆਪਾਂ ਲਾਵਾਂਗੇ ਕਿ ਬਾਹਲ ਆਪਾਂ ਦੁੱਧ ਨਹੀਂ ਸੁਕਾਉਂਦੇ ਗੇ ਸੇਵੀਆਂ ਵਾਹਵਾ ਬਹੁਤ ਰਿੱਝ ਗਈਆਂ
ਸੇਵੀਆਂ ਆਪਣੀਆਂ ਵੇਖੋ ਕਿੱਡੀਆਂ ਵਧੀਆ ਬਣੀਆਂ ਹੈ। ਰਸ ਮਿਸੀਆਂ ਨਾ ਪਾਲਾ ਦੁੱਧ ਆਪਾਂ ਰੱਖਿਆ ਅਤੇ ਨਾ ਬਾਹਲਾ ਸੁਕਾਇਆ, ਥੋੜ੍ਹਾ ਜਿਹਾ ਰੱਖਿਆ ਹੀ ਹੈ ਵਿੱਚ ਮਾੜਾ ਮੋਟਾ। ਅਤੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।